ਨਿੱਕਾ ਹੁੰਦਾ ਨਾ ਮੈਂ ਦੀਵਾਲੀ 'ਤੇ ਬੜੀ ਜ਼ਿੱਦ ਕਰਦਾ ਹੁੰਦਾ ਹਾਂ ਘਰਦਿਆਂ ਨੂੰ ਕਿ ਮੈਨੂੰ ਪਿਸਤੌਲ ਲੈ ਕੇ ਦਿਓ ਜਿਹਦੇ 'ਚੋਂ ਲਾਲ ਬਿੰਦੀ ਜਗਦੀ ਆ ਅਤੇ ਠਾਹ ਠਾਹ ਪਟਾਕੇ ਚੱਲਦੇ ਉਹਦੇ ਵਿੱਚੋਂ। ਬੜੀ ਜ਼ਿੱਦ ਮੈਂ ਕਰਦਾ ਹੁੰਦਾ। ਵੱਡਾ ਹੋਇਆ ਤਾਂ ਘਰਦਿਆਂ ਨੇ ਲਾਲ ਬਿੰਦੀ ਵਾਰੀ ਹੀ ਲਿਆਤੀ, ਹੁਣ ਰੋਜ਼ ਧਮਾਕੇ ਕਰਦੀ। ਮੈਂ ਇੱਕ ਹਿਸਾਬ ਜਿਹਾ ਲਾਇਆ, ਵੈਸੇ ਇੰਨੀ ਜ਼ਿੱਦ ਵੀ ਚੰਗੀ ਨਹੀਂ ਹੁੰਦੀ। ਕੱਲ੍ਹ ਮੈਂ ਲਿਆਂਦਾ ਨਵਾਂ ਨਵਾਂ ਫੋਨ, ਗੱਲ ਸੁਣਿਆ ਧਿਆਨ। ਕੱਲ੍ਹ ਮੈਂ ਨਵਾਂ ਨਵਾਂ ਫੋਨ ਲਿਆਂਦਾ ਅਤੇ ਚਾ ਚਾ 'ਚ ਮੈਂ ਫੇਸ ਲੌਕ ਲਾ ਬੈਠਾ ਅਤੇ ਅੱਜ ਮੇਰੇ ਲੜ ਗਿਆ ਭੂੰਡ ਅੱਖ ਦੇ ਲਾਗੇ। ਸੋਜ ਪੈ ਗਈ ਹੈ ਅਤੇ ਫੇਸ ਹੁਣ ਮੈਚ ਨਹੀਂ ਕਰਨ ਡਿਆ ਅਤੇ ਲੌਕ ਖੁੱਲ੍ਹਣ ਨਹੀਂ ਡਿਆ। ਵਿਦੇਸ਼ਾਂ 'ਚ ਜਨਾਨੀਆਂ ਨੂੰ ਕੋਈ ਢਿੱਲ ਮੱਠ ਹੋਊਗੀ ਅਤੇ ਡਾਕਟਰ ਕੋਲ ਜਾਣਗੀਆਂ ਅਤੇ ਦਵਾਈ ਲੈ ਲੈਣਗੀਆਂ। ਇੱਥੇ ਤਾਂ ਸਾਡੀਆਂ ਜਨਾਨੀਆਂ ਦੇ ਤੀਜੇ ਦਿਨ ਧਰਨੀ ਪਈ ਰਹਿੰਦੀ ਹੈ। ਹੁਣ ਕਢਾ ਕੇ ਲਿਆਂਦੀ ਹੈ, ਤੀਜੇ ਦਿਨ ਫੇਰ ਪੈ ਜਾਣੀ। ਸਿਆਪਾ ਧਰਨ ਦਾ।